ਗੱਲਬਾਤ ਇਹੀ ਜੀ, ਆਪਣਾ ਮਹੀਨੇ ਡੇਢ ਮਹੀਨੇ ਦੇ ਪਹਿਲਾਂ ਜਿੰਦਰੇ ਮਾਰਤੇ ਦੁਕਾਨ 'ਤੇ ਤੰਗ ਕਰਨ ਦੇ ਆ ਆਪਣਾ ਜ਼ਿਆਦਾ ਹੀ ਕਿ ਆਪਣਾ ਗਰੀ ਕੁਛ ਕਹਿੰਦੇ ਆਪਣਾ ਘਰੋਂ ਨਿਕਲੋ ਗਰੀ ਧਮਕੀਆਂ ਦਿੰਦੇ ਦੁਕਾਨ ਦੀਆਂ ਬੰਦ ਕਰਤੀਆਂ ਉਹ ਵੀ ਅਤੇ ਬਾਅਦ 'ਚੋਂ ਘਰੋਂ ਕੱਢਣ ਦੀ ਧਮਕੀਆਂ ਦੇ ਦਿੰਦੇ ਭੂਆ ਵੀ ਪ੍ਰੈਸ਼ਰ ਪਾਉਂਦੇ ਵਿੱਚ ਚਾਚਾ ਦੇ ਭਰਾ ਇਹ ਸਾਰੇ ਜ਼ਿਆਦਾ ਤੰਗ ਕਰਨ ਦੇ ਆ ਰਾਜੇਸ਼ ਕੁਮਾਰ ਜੀ ਇੱਕ ਆਪਣਾ ਅਤੇ ਇੱਕ ਨੀਲਮ ਕੁੰਦਰਾ ਹੈਗੀ ਭੂਆ ਅਤੇ ਇੱਕ ਅਕਸ਼ੇ ਕੁਮਾਰ ਅਤੇ ਇੱਕ ਸੁਦੇਸ਼ ਕੁਮਾਰ ਇੱਕ ਫਾਦਰ ਜੀ ਇੱਕ ਵਿੱਚੋਂ ਚਾਚਾ ਵਾ ਅਤੇ ਇੱਕ ਬ੍ਰਦਰ ਆ ਅਤੇ ਇੱਕ ਭੂਆ ਨਹੀਂ ਨਹੀਂ ਮੇਰੇ ਹੈਗੇ ਜੀ ਤੰਗ ਇਹੀ ਪਈ ਕਿ ਸਾਨੂੰ ਘਰੋਂ ਕੱਢਣ ਦੇ ਮੇਰੇ ਮਾਰਦੇ ਕਰੀ ਕਿ ਝੁੱਗੀਆਂ ਵਾਲੀ ਮੇਰੇ ਵਿਆਹ ਵੀ ਨਹੀਂ ਇਹਨਾਂ ਨੇ ਜ਼ਬਰਦਸਤੀ ਕੀਤਾ ਕਿ ਵਿਆਹ ਕਰਾ ਲਾ ਵਿਆਹ ਕਰਾ ਲਾ ਮੈਂ ਕਹਿੰਦਾ ਨਾ ਕਰੋ ਹਲੇ ਰੁਕ ਜਾਓ ਫਿਰ ਇਹਨਾਂ ਨੇ ਕਰਾਇਆ ਧੱਕੇ ਨਾ ਅਤੇ ਫਿਰ ਹੁਣ ਇੱਕੋ ਤਾਂ ਵਿਆਹ ਕਰਾ ਗਏ ਅਤੇ ਕੱਢਣ ਦੇ ਸਭ ਕੋਈ ਕੁਛ ਨਹੀਂ ਦੇਣਾ ਕਹਿੰਦੇ ਇੱਕ ਰੁਪਈਆ ਦੇਣਾ ਵਿੱਚੋਂ ਮੈਂ ਇਨਸਾਫ ਕਰਨਾ ਕਿ ਦੋਵੇਂ ਹੱਥ ਜੋੜ ਦੇਣਾ ਜਾ ਕੇ ਅੱਗੇ ਕੋਟਵਾਨ ਨਹੀਂ ਬਸ ਇੱਦਾਂ ਹੀ ਜਾਰੀ ਧਮਕੀ ਰੋਜ਼ ਦੂਜੇ ਦਿਨ ਤੀਜੇ ਦਿਨ ਕਰੀ ਥਾਣੇ ਫੋਨ ਕਰਾਉਣ ਦੇ ਕਰੀ ਕਦੋਂ ਕਰਾਉਣ ਦੇ ਉਹੀ ਮਾਨਸਿਕ ਪਰੇਸ਼ਾਨੀ ਕਰਕੇ ਜ਼ਿਆਦਾ ਆ ਗਏ ਨਹੀਂ ਨਹੀਂ ਆਪ ਖਾਧੀ ਉਹਨਾਂ ਨੇ ਆਪਣਾ ਤੰਗ ਹੋ ਗਏ ਪਰੇਸ਼ਾਨ ਹੋ ਗਏ ਚਲੋ ਕੋਈ ਨਾ ਮਿਲਿਆ ਹੈਗਾ ਕਈਆਂ ਹੋ ਗਏ ਕਿ ਇੱਦਾਂ ਹੱਥ ਜੋੜ ਕੇ ਜਾਰੀ ਕੀਤੀ ਸਾਡੀ ਮਦਦ ਕਰੋ ਕੋਈ ਉਹਨਾਂ ਨੂੰ ਬੇਦਖਲ ਕਰਤਾ ਇਹਨਾਂ ਨੇ ਉਹ ਕਰਤਾ ਧਮਕੀਆਂ ਲਾਉਂਦੇ ਅੱਗੋਂ ਇੱਦਾਂ ਜੀ ਡਰਾਵੇ ਦਿੰਦੇ ਮਾਰਨ ਦੇ ਤੁਹਾਨੂੰ ਕੁਛ ਨਹੀਂ ਅਸੀਂ ਡਰਦੇ ਨਹੀਂ ਇਵੇਂ ਧਮਕੀਆਂ ਕਿ ਖਾ ਲਓ ਜੋ ਮਰਜ਼ੀ ਖਾ ਲਓ ਸ਼ਾਮ ਨੂੰ ਹਲੇ 8 ਮਹੀਨੇ ਹੋਏ ਜੀ ਜਿਹੜੀ ਮਟੀਰੀਅਲ ਨਹੀਂ ਕੀਮਤ ਰਹੀ ਹੈ ਅਤੇ ਉਹ ਤਾਂ ਕਰਕੇ ਕੁਛ ਨਹੀਂ ਦੇਣ ਦਿੰਦੇ ਇਹਨਾਂ ਨੂੰ ਕਹਿੰਦੇ ਸੀ ਦੇਣਾ ਇਹਨੂੰ ਕੁਛ ਨਹੀਂ ਦੇਣਾ ਵਿੱਚੋਂ ਕਰਨ ਕੁਮਾਰ ਇਹਨੂੰ ਦਾਜ ਦੇ ਮਾਰਦੇ ਕਿ ਦਾਜ ਵੀ ਨਹੀਂ ਲਿਆਂਦਾ ਕੋ ਭੁੱਖੀ ਨੰਗੇ ਆ ਗਏ ਘਰੋਂ ਅਤੇ ਇੱਦਾਂ ਮੇਨੇ ਮਾਰਦੇ ਵਾ ਨਹੀਂ ਹਲੇ ਦੂਰ ਆ ਨਾ ਖੇਮ ਕਰਨ ਤੋਂ ਹਾਂਜੀ ਅਤੇ ਉਹ ਆ ਰਹੇ ਹੋਏ ਇੱਥੋਂ ਸ਼ਿੰਗਾਰੀ ਸਾਡੇ ਕੋਲ ਅੰਡਰ ਟ੍ਰੀਟਮੈਂਟ ਹੈਗੀ ਆ ਇਹਨੇ ਕੋਈ ਦਵਾਈ ਪੀਤੀ ਹੋਈ ਆ ਸਿਰਫ ਇਹਨਾਂ ਦੱਸਿਆ ਕਿ ਦਵਾਈ ਪੀਤੀ ਆ ਇਹਨਾਂ ਨੇ ਫਿਰ ਵੀ ਅੰਡਰ ਆਬਜ਼ਰਵੇਸ਼ਨ ਰੱਖਿਆ ਇਹਨਾਂ ਨੂੰ 24 ਆਵਰਸ ਤੋਂ ਬਾਅਦ ਦੱਸ ਸਕਦੇ ਆ ਇਹ ਜਿਹੜੀ ਦਰਖਾਸਤ ਹੈ ਜੀ ਇੱਕ ਪਾਰਟੀ ਹੈ ਜੀ ਸੁਦੇਸ਼ ਕੁਮਾਰ ਪੁੱਤਰ ਤਰਲੋਕ ਨਾਥ ਅਤੇ ਉਹਨਾਂ ਦਾ ਬੇਟਾ ਜੀ ਕਰਨ ਕੁਮਾਰ ਜੇ ਜਿਹਦੀ ਪਤਨੀ ਮੈਕ ਉਹਨਾਂ ਦਾ ਆਪਣੇ ਮਤਲਬ ਫਾਦਰ ਸਾਹਿਬ ਦੇ ਨਾਲ ਜਿਹੜਾ ਵਾ ਪ੍ਰੋਪਰਟੀ ਡਿਸਪਿਊਟ ਹੈਗਾ ਇਹਦੇ ਸੰਬੰਧੀ ਪਹਿਲਾਂ ਵੀ ਇਹਨਾਂ ਦਾ ਆਪਸ ਵਿੱਚ ਕਾਫੀ ਵਾਰੀ ਬੈਠ ਕੇ ਇਹਨਾਂ ਨੇ ਆਪਸ 'ਚ ਡਿਸਾਈਡ ਕੀਤਾ ਪਰ ਜਿਹੜਾ ਹਾਲੇ ਤੱਕ ਇਹਦਾ ਕੋਈ ਵੀ ਰਿਜ਼ਲਟ ਨਹੀਂ ਆ ਸਕਿਆ ਇਹ ਸਾਨੂੰ ਦੋਨਾਂ ਪਾਰਟੀ ਦੀ ਦਰਖਾਸਤਾਂ ਮਸੂਲ ਹੋਈਆਂ ਜੀ ਇਹਦੇ ਸੰਬੰਧੀ ਅਸੀਂ ਜਿਹੜੀ ਆ ਉਹ ਦੋਨਾਂ ਪਾਰਟੀਆਂ ਦੀ ਹੀ ਦਰਖਾਸਤਾਂ ਦੇ ਸੰਬੰਧੀ ਕਾਰਵਾਈ ਚੱਲ ਰਹੀ ਹੈ ਇਹਦਾ ਜੋ ਵੀ ਰਿਜ਼ਲਟ ਹੋਏਗਾ ਤੁਹਾਨੂੰ ਬਾਅਦ 'ਚ ਦੱਸੋ